ਮਲੇਰਕੋਟਲਾ ਦੇ ਐਮਐਲਏ ਡਾਕਟਰ ਜਮੀਲ ਔਰ ਰਹਿਮਾਨ ਨੇ ਕਾਫੀ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਚੱਲ ਰਹੀ ਸੜਕ ਦਾ ਉਦਘਾਟਨ ਕੀਤਾ। ਉਹਨਾਂ ਕਹਿ ਕੇ ਸ਼ਹਿਰ ਦੀਆਂ ਬਾਕੀ ਸੜਕਾਂ ਨੂੰ ਵੀ ਜਲਦੀ ਤਿਆਰ ਕਰਕੇ ਜਨਤਾ ਹਵਾਲੇ ਕੀਤਾ ਜਾਵੇਗਾ। ਕੋਈ ਵੀ ਠੇਕੇਦਾਰ ਘਟੀਆ ਕਿਸਮ ਦਾ ਮਟੀਰੀਅਲ ਪਾਉਂਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਦੀ ਆਵਾਜ਼ ਲਈ ਮਲੇਰਕੋਟਲਾ ਤੋਂ ਸਰਾਜਦੀਨ ਦਿਓਲ ਦੀ ਰਿਪੋਰਟ। ਕਮਲ ਸਿਨਮਾ ਰੋਡ ਮਲੇਰਕੋਟਲਾ ਕਾਫੀ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਖਸਤਾ ਹਾਲਤ ਵਿੱਚ ਸੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਤੁਰੰਤ ਇਸ ਨੂੰ ਬਣਾਉਣਾ ਚਾਹੁੰਦੇ ਸੀ ਕਿਉਂਕਿ ਪਹਿਲਾਂ ਇਹ ਲੁੱਕ ਦੀ ਸੜਕ ਬਣੀ ਹੋਈ ਸੀ ਔਰ ਜੇ ਅਸੀਂ ਲੁੱਕ ਦੀ ਸੜਕ ਹੀ ਬਣਾਉਣੀ ਹੁੰਦੀ ਤਾਂ ਅਸੀਂ ਇਹ ਉਹ ਪਹਿਲੇ ਮਹੀਨੇ ਹੀ ਬਣਾ ਦੇਣੀ ਸੀ। ਅਸੀਂ ਇਹਦੀ ਨੇਚਰ ਚੇਂਜ ਕਰਵਾਈ, ਨੇਚਰ ਚੇਂਜ ਕਰਵਾ ਕੇ ਇਹ 7 ਇੰਚ ਮੋਟੀ ਸੀਮਿੰਟ ਦੀ ਤਹਿ ਦੀ ਸੜਕ ਬਣੇਗੀ ਔਰ ਇਹ ਦੋਨਾਂ ਸਾਈਡਾਂ 'ਤੇ ਇਹਦੇ ਰੰਗੀਨ ਫੁੱਟਪਾਥ ਬਣਨਗੇ ਔਰ ਦੋਵਾਂ ਸਾਈਡਾਂ 'ਤੇ ਇਹਦੇ ਲਾਈਟਾਂ ਲੱਗਣੀਆਂ ਨੇ ਔਰ ਦੋ ਪਿੱਲਰਾਂ ਦੇ ਦਰਮਿਆਨ, ਦੋ ਲਾਈਟਾਂ ਦੇ ਪੋਲਾਂ ਦੇ ਦਰਮਿਆਨ ਜਿਹੜਾ ਫਾਸਲਾ ਹੋਊ ਉਹਦੇ 'ਚ ਬੂਟੇ ਲੱਗਣੇ ਨੇ। ਬਹੁਤ ਸ਼ਾਨਦਾਰ ਵਧੀਆ ਸੜਕ ਬਣੇਗੀ ਔਰ ਅੱਜ ਅਸੀਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਇਸ ਦੀ ਸ਼ੁਰੂਆਤ ਕਰਨ ਲਈ ਇੱਥੇ ਪਹੁੰਚੇ ਹਾਂ। ਮੈਂ ਪ੍ਰੈਸ ਵਾਲੇ ਭਰਾਵਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਹਮੇਸ਼ਾ ਬਹੁਤ ਮੈਨੂੰ ਸਹਿਯੋਗ ਦਿੱਤਾ ਔਰ ਅੱਜ ਵੀ ਭਾਰੀ ਗਿਣਤੀ ਵਿੱਚ ਤੁਸੀਂ ਇੱਥੇ ਤਸ਼ਰੀਫ ਨਾਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੁਹੰਮਦ ਇਕਬਾਲ ਫੌਜੀ ਨੂੰ ਬੇਨਤੀ ਆ ਤੇ ਇਹ ਸੜਕਾਂ ਨੂੰ ਬਣਾਉਣ ਲਈ ਜੋ ਗੌਰਮੈਂਟ ਦਾ ਪ੍ਰੋਸੀਜਰ ਹੈ ਉਹ ਪ੍ਰੋਸੀਜਰ ਪੂਰਾ ਅਡੋਪਟ ਕਰਨਾ ਪੈਂਦਾ ਹੈ। ਪਿਛਲੀ 22 ਤਰੀਕ ਨੂੰ ਇਹਦਾ ਟੈਂਡਰ ਖੁੱਲ੍ਹਿਆ ਸੀ ਪਰ ਉਹਦੇ ਵਿੱਚ ਇੱਕੋ ਹੀ ਠੇਕੇਦਾਰ ਨੇ ਟੈਂਡਰ ਭਰਿਆ ਸੀ ਜਿਹੜੇ ਗੌਰਮੈਂਟ ਦੇ ਰੂਲਾਂ ਦੇ ਮੁਤਾਬਕ ਆਪਾਂ ਉਸ ਨੂੰ ਠੇਕਾ ਨਹੀਂ ਦੇ ਸਕਦੇ। ਸਾਨੂੰ ਦੁਬਾਰਾ ਟੈਂਡਰ ਭਰਨਾ ਪਿਆ ਜਿਹੜਾ ਕੱਲ੍ਹ ਖੁੱਲ੍ਹਿਆ ਸੀ ਔਰ ਕੱਲ੍ਹ ਟੈਂਡਰ ਖੁੱਲ੍ਹਿਆ ਅਤੇ ਠੇਕੇਦਾਰ ਜ਼ਿਆਦਾ ਸੀ ਇਸ ਕਰਕੇ ਉਹਨਾਂ ਨੂੰ ਠੇਕਾ ਇੱਕ ਨੂੰ ਦੇ ਦਿੱਤਾ ਗਿਆ ਔਰ ਉਸ ਦੇ ਨਾਲ ਹੀ ਅਸੀਂ ਵਰਕ ਆਰਡਰ ਕਟਵਾ ਕੇ ਇਸ ਦੇ ਕੰਮ ਦੀ ਸ਼ੁਰੂਆਤ ਕਰਨ ਲਈ ਅੱਜ ਅਸੀਂ ਤੁਹਾਡੇ ਦਰਮਿਆਨ ਹਾਜ਼ਰ ਹੋਏ ਹਾਂ। ਆਮ ਤੌਰ 'ਤੇ ਵਰਕ ਆਰਡਰ ਨੂੰ ਵੀ 5-7-10 ਦਿਨ ਲੱਗ ਜਾਂਦੇ ਨੇ ਪਰ ਅਸੀਂ ਕੱਲ੍ਹ ਹੀ ਕਿਉਂਕਿ ਕਾਫੀ ਸਮੇਂ ਤੋਂ ਲੋਕ ਦੁਸ਼ਵਾਰੀ ਚੱਲ ਰਹੇ ਨੇ ਇਸ ਕਰਕੇ ਅਸੀਂ ਮੈਂ ਆਰਡਰ ਕੀਤੇ ਵੀ ਫੌਰੀ ਤੌਰ 'ਤੇ ਇਹਦਾ ਵਰਕ ਆਰਡਰ ਕੱਟੋ ਤਾਂ ਕਿ ਕੱਲ੍ਹ ਨੂੰ ਹੀ ਅਸੀਂ ਇਸ ਦੀ ਤਾਮੀਰ ਦਾ ਕੰਮ ਸ਼ੁਰੂ ਕਰ ਦਈਏ। ਸਰ ਕਿੰਨੀ ਲਾਗਤ ਨਾਲ ਸੜਕ ਤਿਆਰ ਹੋ ਰਹੀ ਹੈ? ਇਹ ਸੜਕ ਲਗਭਗ 87 ਲੱਖ ਰੁਪਏ ਨਾਲ ਤਿਆਰ ਹੋਏਗੀ ਔਰ ਇਹਦੇ ਜਿਹੜੇ ਫੁੱਟਪਾਥ ਨੇ, ਲਾਈਟਿੰਗ ਹੈ ਔਰ ਬੂਟੇ ਉਹਨਾਂ ਦੀ ਜਿਹੜੀ ਲਾਗਤ ਹੈ ਉਹ ਅਲੱਗ ਹੈ, ਉਹ 40 ਲੱਖ ਰੁਪਇਆ ਉਹਦਾ ਅਲੱਗ ਬਜਟ ਹੈ ਔਰ ਕੁੱਲ ਮਿਲਾ ਕੇ ਐਂ ਮੰਨ ਲਓ ਵੀ ਇਹ 1.25 ਕਰੋੜ ਰੁਪਏ 'ਚ ਸੜਕ ਜਿਹੜੀ ਹੈਗੀ ਤਿਆਰ ਹੋਏਗੀ। ਮਲੇਰਕੋਟਲੇ ਦੀ ਸਭ ਤੋਂ ਵਧੀਆ ਖੂਬਸੂਰਤ ਸੜਕ ਹੋਏਗੀ ਔਰ ਇਸੇ ਤਰ੍ਹਾਂ ਦੀ ਸੜਕ ਜਿਹੜੀ ਕੇਲੋਂ ਗੇਟ ਤੋਂ ਅਸੀਂ ਨਹਿਰੂ ਮਾਰਕੀਟ ਨੂੰ ਕਿੰਨੀ ਨੂੰ ਬਣਾ ਰਹੇ ਹਾਂ ਪੁੱਲ ਤੱਕ, ਉਹ ਵੀ ਸੜਕ ਇਸੇ ਤਰ੍ਹਾਂ ਦੀ ਇਸੇ ਮਟੀਰੀਅਲ ਦੀ ਇਸੇ ਤਰ੍ਹਾਂ ਬਣੇਗੀ, ਉਹ ਵੀ ਬੜੀ ਖੂਬਸੂਰਤ ਹੋਏਗੀ। ਅਤੇ ਜਿੱਥੇ ਵੀ ਨਵਾਂ ਕੰਮ ਸ਼ੁਰੂ ਹੋਣਾ ਹੈ ਸਾਡੀ ਕੋਸ਼ਿਸ਼ ਹੈ ਕਿ ਉੱਥੇ ਅਸੀਂ ਉਸ ਨੂੰ ਬਿਹਤਰੀਨ ਪਲੈਨਿੰਗ ਕਰਕੇ ਵਧੀਆ ਢੰਗ ਸਿਰ ਬਣਾਈਏ ਤਾਂ ਕਿ ਸਾਡਾ ਸ਼ਹਿਰ ਵੀ ਇੱਕ ਖੂਬਸੂਰਤ ਸ਼ਹਿਰ ਬਣ ਸਕੇ ਔਰ ਇੱਥੇ ਵੀ ਪਾਏਦਾਰ ਸੜਕਾਂ ਬਣ ਸਕਣ। ਖੂਬਸੂਰਤੀ ਦੇ ਨਾਲ ਨਾਲ ਪਾਏਦਾਰੀ ਬੜੀ ਜ਼ਰੂਰੀ ਹੁੰਦੀ ਹੈ, ਕੁਆਲਿਟੀ ਬੜੀ ਜ਼ਰੂਰੀ ਹੁੰਦੀ ਹੈ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਜਿਹੜਾ ਕਮਿਸ਼ਨ ਹੈ ਜਾਂ ਰਿਸ਼ਵਤ ਹੈ ਇਸ ਨੂੰ 0 ਟੋਲਰੈਂਸ ਮੰਨਦੀ ਹੈ, 0 ਟੋਲਰੈਂਸ ਲੈ ਕੇ ਚੱਲ ਰਹੀ ਹੈ। ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ, ਕੋਈ ਕਿਸੇ ਪ੍ਰਕਾਰ ਦੀ ਮਟੀਰੀਅਲ 'ਚ ਕਮੀ ਬੇਸ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਨਾ ਹੀ ਕਿਸੇ ਕਿਸਮ ਦਾ ਕਮਿਸ਼ਨ ਜਿਹੜਾ ਹੈ ਉਹ ਬਰਦਾਸ਼ਤ ਕੀਤਾ ਜਾਏਗਾ। ਵਧੀਆ ਮਟੀਰੀਅਲ ਬਣਾ ਕੇ ਲੋਕਾਂ ਨੂੰ ਕੁਆਲਿਟੀ ਦੀਆਂ ਅਸੀਂ ਸੜਕਾਂ ਦੇਣੀਆਂ ਨੇ ਔਰ ਉਸ ਦੀ ਸ਼ੁਰੂਆਤ ਅਸੀਂ ਕਰ ਦਿੱਤੀ। ਅੱਜ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਅਸੀਂ ਜਿਹੜੀ ਦਿੱਲੀ ਗੇਟ ਤੋਂ ਕਲੱਬ ਵਾਲੀ ਸੜਕ ਉਹ ਵੀ ਕੰਪਲੀਟ ਕਰ ਦਿਆਂਗੇ, ਆਹ ਵੀ ਕੰਪਲੀਟ ਕਰ ਦਿਆਂਗੇ, ਕੇਲੋਂ ਗੇਟ ਤੋਂ ਜਿਹੜੀ ਪੁੱਲ ਤੱਕ ਹੈ ਉਹ ਵੀ ਕੰਪਲੀਟ ਕਰ ਦਿਆਂਗੇ। ਆਹ ਸ਼ਹਿਰ ਦਾ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਪੱਟਿਆ ਹੋਇਆ ਹਾਲ ਇਹ ਸਾਰਾ ਠੀਕ ਹੋ ਜਾਏ। ਸਰ ਸ਼ੁਰੂਆਤ ਮੰਨੀ ਹੈ ਜਾਂ ਹਾਲੇ ਹੋਰ ਬਹੁਤ ਸਾਰੇ ਕੰਮ ਬਾਕੀ ਨੇ ਜੀ? ਅਸਲ 'ਚ ਇੱਦਾਂ ਹੈ ਕਿ ਕੱਲ੍ਹ ਤੋਂ ਰੋਡ ਗਲੀਆਂ ਲੱਗਣਗੀਆਂ, ਉਹ ਸਾਰਾ ਜਿੰਨਾ ਵੀ ਪਾਣੀ ਦਾ ਸਿਸਟਮ ਹੈ ਆਲੇ ਦੁਆਲੇ ਨਾਲੀਆਂ ਹਨ
वह सारिया खत्म करके वो पानी बिच सटांगे वो केलों गेट तो लैके इतने तक रोड गलियां दोनों साइडां ते लगनियां ने और उस तो बाद फिर इसका लैबलिंग होएगा। लैबलिंग होके फिर कुछ मिट्टी थोड़ी चकनी है उस तो बाद इत्थे जड़ा हैगा बाकायदा तह पैंदा देर तक मुकम्मल हो जाएगी। मैं समझदा कि जित जिमें के रोड गलियां का कम है और फिर उस तो बाद मेन सड़क की तामीर का कम है ये सारा कुल मिला के 15 फरवरी तक असी इस मुकम्मल कर